ਅਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਆਖ ਦਿੱਤੀ ਵੱਡੀ ਗੱਲ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਿੱਖਾਂ ਨੂੰ ਵੱਡੀ اپੀਲ ਜਾਣਨ ਦੇ ਲਈ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬਰ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਤਲਵੰਡੀ ਸਾਬੋ ਸਤਿ ਸ੍ਰੀ ਦਮ ਦਮਾ ਸਾਹਿਬ ਵਿੱਚ ਵਿਸਾਖੀ ਦਾ ਤਿਹਾਰ ਬਹੁਤ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਜੀ ਪੁਲਿਸ ਨੇ ਸਖਤ ਪਹਿਰੇ ਤੇ ਨਿਗਰਾਨੀ ਦੇ ਬਾਵਜੂਦ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਸ੍ਰੀ ਦਮਦਮਾ ਸਾਹਿਬ ਪਹੁੰਚੀਆਂ ਸ੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਸੰਗਤਾਂ ਦਾ ਸ੍ਰੀ ਦਮਦਮਾ ਸਾਹਿਬ ਪਹੁੰਚਣ ਤੇ ਧੰਨਵਾਦ ਕੀਤਾ ਸੰਗਤਾਂ ਨੂੰ ਸੁਨੇਹੇ ਸੌਂਦੇ ਹੋਏ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਹਾਲਾਤ ਠੀਕ ਹਨ ਸੂਬੇ ਦੇ ਵਿੱਚ ਕੋਈ ਵੀ ਟਕਰਾਵ ਵਾਲਾ ਸੂਬਾ ਕਹਿਣਾ ਗਲਤ ਹੈ ਪੰਜਾਬ ਸ਼ਾਂਤ ਹੈ ਸੂਬੇ ਦੇ ਵਿੱਚ ਅਮਨ ਸ਼ਾਂਤੀ ਲਈ ਅਰਦਾਸ ਕਰਦੇ ਹਾਂ ਕਈ ਵਾਰ ਸ਼ਰਾਰਤੀ ਤਤ ਸ਼ਾਂਤ ਪਾਣੀ ਵਿੱਚ ਪਹਿਲਾ ਪੱਥਰ ਮਾਰ ਦੇਣੇ ਤੇ ਬਾਅਦ ਵਿੱਚ ਕਿਹਾ ਜਾਂਦਾ ਹੈ ਕਿ ਦੇਖੋ ਪਾਣੀ ਹਿੱਲ ਰਿਹਾ ਹੈ ਆ ਸ਼ਾਂਤ ਹੈ ਜਥੇਦਾਰ ਹਰਪ੍ਰੀਤ ਸਿੰਘ ਨੇ ਲੋਕਾਂ ਨੂੰ ਪੰਜਾਬ ਆਉਣ ਦਾ ਸੱਦਾ ਦਿੱਤਾ ਕਿਹਾ ਕਿ ਬੇਖੌਫ ਹੋ ਕੇ ਸੂਬੇ ਦੇ ਵਿੱਚ ਆਓ ਲਾਪਰਵਾਹੀ ਕਾ ਦੇ ਨਹੀਂ ਵਰਤੀ ਬੇਪਰਵਾਹੀ ਸਾਡੇ ਹੰਦਰ ਜ਼ਰੂਰੀ ਰਹਿਣੀ ਚਾਹੀਦੀ ਆ ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸਿੱਖ ਪਰੰਪਰਾ ਵਿੱਚ ਇਹ ਤਿਹਾਰ ਸ੍ਰੀ ਗੁਰੂ ਅਮਰਦਾਸ ਜੀ ਦੇ ਸਮੇਂ ਤੋਂ ਮਨਾਇਆ ਜਾ ਰਿਹਾ ਹੈ ਸਿੱਖ ਭਾਈ ਤਾਰੋ ਜੀ ਨੇ ਸ੍ਰੀ ਗੁਰੂ ਅਮਰਦਾਸ ਜੀ ਦੇ ਸਾਹਮਣੇ ਆਪਣੇ ਵਿਚਾਰ ਰੱਖੇ ਸਨ ਕਿ ਇੱਕ ਦਿਨ ਸਾਂਝਾ ਦਿਨ ਮਨਾਇਆ ਜਾਵੇ ਜਿਸ ਪੂਰੀ ਦੁਨੀਆ ਵਿੱਚ ਸਿੱਖ ਇਕੱਠੇ ਹੋਣ ਤੇ ਇੱਕ ਦੂਜੇ ਨੂੰ ਜਾਣ ਸਕਣ ਗੁਰੂਆਂ ਦੇ ਦੋ ਦਿਨਾਂ ਦਾ ਐਲਾਨ ਕੀਤਾ ਸੀ ਇੱਕ ਵਿਸਾਖੀ ਦੀ ਸੰਗਰਾਦ ਵਾਲੇ ਦਿਨ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਦਿਵਾਲੀ ਵਾਲੇ ਦਿਨ ਸ੍ਰੀ ਅਮਰਤਸਰ ਸਾਹਿਬ ਸੰਗ